ਇੱਕ ਤਰਫ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਚੀਮਾ ਚੌਕ ਇਲਾਕੇ ਦਾ ਹੈ, ਜਿੱਥੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਚਲਾਉਂਦਿਆਂ ਆਪਣੇ ਹੀ ਇੱਕ ਵਰਕਰ ਨੂੰ ਨਸ਼ਾ ਖਰੀਦਣ ਲਈ ਭੇਜਿਆ ਗਿਆ ਅਤੇ ਫੇਸਬੁੱਕ ਤੇ ਉਸਦੀ ਲਾਈਵ ਵੀਡੀਓ ਵੀ ਬਣਵਾਈ ਗਈ, ਜਿਸ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਕੋਲ ਉਸ ਨਸ਼ੇ ਦੀ ਪੁੜੀ ਨੂੰ ਲੈ ਕੇ ਪੁੱਜੇ। ਅਫਸੋਸ ਉਦੋਂ ਵੀ ਵੱਡਾ, ਚਿੱਟਾ ਹੁਣ ਵੀ ਉੱਥੇ ਉਵੇਂ ਹੀ ਵੇਖ ਰਿਹਾ। ਅਜੇ ਤੱਕ ਵੀ ਉੱਥੇ ਕੋਈ ਆਪਣਾ ਚੌਂਕੀ ਵਾਲਾ, ਥਾਣੇ ਵਾਲਾ, ਕੋਈ ਅਧਿਕਾਰੀ ਅਜੇ ਤੱਕ ਉੱਥੇ ਪਹੁੰਚਿਆ ਨਹੀਂ, ਹਜੇ ਵੀ ਵੇਖ ਰਿਹਾ। ਤਾਂ ਅਫਸੋਸ ਕਿ ਮੈਂ ਉਹ ਵੀ ਬੜੀ ਵਾਰੀ ਕੰਪਲੇਂਟ, ਇੱਕ ਦਿਨ ਲਈ ਬੰਦ ਹੋ ਜਾਂਦਾ ਚਿੱਟਾ ਕਰਨਾ, ਦੂਸਰੇ ਦਿਨ ਫਿਰ ਉਸੇ ਤਰੀਕੇ ਸ਼ਰੇਆਮ ਫਿਰਦਾ। ਲਾਈਵ ਚਿੱਟਾ ਅੱਜ ਖਰੀਦਿਆ, ਮੈਂ ਲਾਈਵ ਤੁਹਾਡੇ ਕੋਲ ਲੈ ਕੇ ਆਇਆ। ਤੁਹਾਡੇ ਕੋਲ ਲਾਈਵ ਲਿਆਉਣ ਦਾ ਕਾਰਨ ਇਹ ਹੈਗਾ ਵੀ ਇਹਦੇ ਵਿੱਚ ਕਿਤੇ ਕੋਈ ਸ਼ੰਕਾ ਦੀ ਤੁਹਾਡੇ ਮਨ 'ਚ ਗੁੰਜਾਇਸ਼ ਨਾ ਰਹੇ ਕਿ ਬੈਂਸ ਨੇ ਪਤਾ ਨਹੀਂ ਕੋਲੇ ਕੁਛ ਪਾ। ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ ਤੇ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ। ਅੱਜ ਬਹੁਤ ਅਤਿਅੰਤ ਦੁਖੀ ਮਨ ਦੇ ਨਾਲ ਅਖਬਾਰਾਂ ਦੇ ਵਿੱਚ ਸਾਡੇ ਨੌਜਵਾਨਾਂ ਦੀਆਂ ਫੋਟੋਆਂ ਚਿੱਟੇ ਦੇ ਕਾਰਨ, ਚਿੱਟੇ ਦੇ ਦੈਨ ਦੇ ਮੂੰਹ ਦੇ ਵਿੱਚ ਜਾ ਰਹੇ ਆ। ਅੱਜ ਪੰਜਾਬ ਦੇ ਅੰਦਰ ਮਾਤਮ ਦਾ ਮਾਹੌਲ ਆ, ਜਿਹੜੇ ਜਿਸ ਤਨ ਲੱਗ ਹੈ ਸੋਈ ਜਾਣੇ। ਜਿਹੜੇ ਘਰ ਦੇ ਵਿੱਚ ਨੌਜਵਾਨ ਦੀ ਮੌਤ ਚਿੱਟੇ ਕਾਰਨ ਹੁੰਦੀ ਹੈ, ਉਸ ਘਰ ਦੇ ਵਿੱਚ ਮਾਂ ਭੈਣ ਬਾਪ ਭਰਾ ਬਹਿਣ ਪਾਉਂਦੇ ਆ, ਰੋਂਦੇ ਕਰਲਾਉਂਦੇ ਆ। ਅਤੇ ਪੰਜਾਬ ਦੇ ਅੰਦਰ ਪੰਜਾਬ ਦੀ ਹਕੂਮਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਣਾ, ਗੁਟਕਾ ਸਾਹਿਬ ਦੀ ਸਹੁੰ ਚੱਕ ਲਈ, ਅਤੇ ਅੱਜ ਉਹ ਬਾਜੇ ਦਾ ਕਹਿ ਰਹੇ ਆ ਕਿ ਪੰਜਾਬ ਦੇ ਅੰਦਰ ਚਿੱਟੇ ਦਾ ਅਸੀਂ ਲੱਕ ਤੋੜਤਾ, ਪਾਈਪਲਾਈਨ ਤੋੜਤੀ। ਅਤੇ ਮੈਂ ਅੱਜ ਲੁਧਿਆਣਾ ਵਰਗੇ ਭੁੱਗ ਵੱਸਦੇ ਸ਼ਹਿਰ ਦੇ ਵਿੱਚੋਂ ਲਾਈਵ, ਜਿਵੇਂ ਸਬਜ਼ੀ ਮੰਡੀ ਦੇ ਵਿੱਚ ਚਿੱਟਾ, ਸਬਜ਼ੀ ਮੰਡੀ ਦੇ ਵਿੱਚੋਂ ਆਲੂਆਂ ਦੀ ਰੇਹੜੀ ਤੋਂ ਆਲੂ ਵਿਕਦੇ ਆ ਨਾ, ਮੈਂ ਇੱਦਾਂ ਚਿੱਟਾ ਵਿਕਦਾ ਦੇਖ ਕੇ ਆਇਆ ਅਤੇ ਮੈਂ ਖਰੀਦ ਕੇ ਲੈ ਕੇ ਆਇਆ ਚਿੱਟਾ 300 ਰੁਪਈਏ ਦੀ। ਆ ਤੁਸੀਂ ਦੇਖ ਸਕਦੇ ਹੋ, ਥੋੜ੍ਹਾ ਜਿਹਾ ਹੈਗਾ, ਪਤਾ ਨਹੀਂ ਇਹ ਇੱਕ ਵਾਰੀ ਨਸ਼ੇ ਦਾ ਆਦੀ ਲੈ ਸਕਦਾ ਜਾਂ ਦੋ ਵਾਰੀ ਲੈ ਸਕਦਾ। 300 ਰੁਪਈਏ ਦਾ ਉਹ ਦੋਸਤ ਜਿਹੜਾ ਚਿੱਟਾ ਖਰੀਦਣ ਗਿਆ, ਮੈਂ ਇੱਕੋ ਆਈ ਡੀ ਦੇ ਉੱਤੇ ਦੋ ਜਣੇ ਲਾਈਵ ਸੀ, ਉਹ ਲਾਈਵ ਖਰੀਦ ਕੇ ਲੈ ਕੇ ਆਇਆ ਬੜਾ ਜਾਨ ਜੋਖਮ ਦੇ ਵਿੱਚ ਪਾ ਕੇ। ਇੱਕ ਵਾਰੀ ਦੋ ਪੁੜੀਆਂ ਖਰੀਦੀਆਂ, ਮੈਂ ਫਿਰ ਕਾਲ ਕੀਤੀ, ਮੈਂ ਦਲੇਰ ਯੋਧੇ ਇੱਕ ਵਾਰੀ ਫਿਰ ਜਾ ਦੁਬਾਰਾ ਫਿਰ ਖਰੀਦ ਕੇ ਲੈ ਕੇ ਆਇਆ। ਕਿਸੇ ਪੁਲਿਸ ਅਧਿਕਾਰੀ ਦਾ, ਕਿਸੇ SHO ਚੌਂਕੀ DSP SP ਪੁਲਿਸ ਕਮਿਸ਼ਨਰ ਦਾ ਇਸ ਮਸਲੇ ਦੇ ਉੱਤੇ, ਤੁਸੀਂ ਤਾਂ ਪਹਿਲਾਂ ਪਹੁੰਚ ਗਏ ਅਤੇ ਪੁਲਿਸ ਸੁੱਤੀ ਪਈ ਹੈ। ਪੁਲਿਸ ਦੀ ਨੋਨ ਸੀਰੀਅਸਨੈਸ ਇਸ ਗੱਲ ਦਾ ਸੰਕੇਤ ਕਰਦੀ ਹੈ ਵੀ ਇਹ ਚਿੱਟਾ, ਜਿਹੜਾ ਪੰਜਾਬੀ ਦਾ ਲੋਕ ਗੀਤ ਹੈ ਨਾ, ਚਿੱਟਾ ਬਕਾਉਂਦੀਆਂ ਸਰਕਾਰਾਂ ਤਾਂ ਹੀ ਸ਼ਰੇਆਮ ਵਿਕਦਾ। ਅੱਜ ਪੁਲਿਸ ਦੀ ਜਿਹੜੀ ਨਲੈਕੀ ਹੈਗੀ ਆ, ਖਾਮੋਸ਼ੀ ਹੈਗੀ ਆ, ਅੱਜ ਇਸ ਗੱਲ ਦਾ ਇਸ਼ਾਰਾ ਕਰਦੀ ਹੈ ਵੀ ਇਹ ਸਰਕਾਰ ਅਤੇ ਪੁਲਿਸ ਖੁਦ ਚਿੱਟਾ ਬਕਵਾ ਰਹੀ ਹੈ। ਮੈਂ ਉਸ ਇਲਾਕੇ ਦੀ ਬਹੁਤ ਵਾਰੀ ਸ਼ਿਕਾਇਤ ਕੀਤੀ ਹੈ ਜਿੱਥੇ ਚਿੱਟਾ ਵਿਕ ਰਿਹਾ, ਚੀਮਾ ਚੌਂਕ ਦੇ ਲਾਗੇ ਹੈਗਾ, ਟਰਾਂਸਪੋਰਟ ਨਗਰ ਦੇ ਨੇੜੇ, ਹੁਣ ਵੀ ਚਿੱਟਾ ਵਿਕ ਰਿਹਾ ਉੱਥੇ, ਹਜੇ ਤੱਕ ਵੀ ਕੋਈ ਪੁਲਿਸ ਅਧਿਕਾਰੀ ਉੱਥੇ ਪਹੁੰਚਿਆ ਨਹੀਂ ਗਾ। ਆ ਮੈਨੂੰ ਹੁਣੇ ਰਿਪੋਰਟ ਆਈ ਆ, ਹੁਣ ਵੀ ਵਿਕ ਰਿਹਾ ਚਿੱਟਾ ਉੱਥੇ, ਗਜ਼ਾਂ ਦੇ ਉੱਤੇ ਕਹਿ ਸਕਦੇ ਹਾਂ, ਗਜ਼ਾਂ 'ਤੇ। ਮਤਲਬ ਯਾਰ ਉਹ ਏਰੀਆ, ਇੱਕ ਤਾਂ ਉਹ ਏਰੀਆ ਹੋਵੇ ਨਾ ਜਿਹੜਾ ਕੋਈ ਬੜਾ ਦੂਰ ਦੁਰਾਡੇ ਦਾ, ਜਿੱਥੇ ਪੁਲਿਸ ਚੌਂਕੀ ਦੂਰ ਹੋਵੇ, ਥਾਣਾ ਦੂਰ ਹੋਵੇ। ਲੁਧਿਆਣਾ ਚੱਪੇ ਚੱਪੇ 'ਤੇ ਪੁਲਿਸ, ਚੱਪੇ ਚੱਪੇ 'ਤੇ ਚੌਂਕੀ 'ਤੇ ਥਾਣਾ, ਅਤੇ ਉੱਥੇ ਸ਼ਰੇਆਮ ਚਿੱਟਾ ਵਿਕਦਾ ਹੋਵੇ। ਅਤੇ ਅੱਜ
ਮੈਂ ਪੁਲਿਸ ਦਾ ਇਸ ਕਰਕੇ ਸਾਰਾ ਜਦੋਂ ਬੇਵਸੀ ਹੋ ਗਈ ਨਾ ਕਿ ਪੁਲਿਸ ਜਾਂਦੀ ਹੈ ਇੱਕ ਦਿਨ ਉੱਥੇ ਚਿੱਟਾ ਵਿਕਣਾ ਬੰਦ ਹੋ ਜਾਂਦਾ, ਦੂਜੇ ਦਿਨ ਫਿਰ ਸ਼ੁਰੂ ਹੋ ਜਾਂਦਾ। ਮਤਲਬ ਕਿ ਪੁਲਿਸ ਆਪਣੀ ਜੇਬ ਗਰਮ ਕਰਦੀ ਹੈ ਅਤੇ ਚਿੱਟਾ ਆਪਣੀ ਸਰਪ੍ਰਸਤੀ ਦੇ ਥੱਲੇ ਪਕਵਾਉਂਦੀ ਹੈ। ਅੱਜ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਮਾਡਲ ਕੋਡ ਆਫ ਕੰਡਕਟ ਜਾਰੀ ਕਰਤਾ। ਕੱਲ੍ਹ ਪੰਜਾਬ ਦੇ ਅੰਦਰ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਵੋਟਾਂ ਖਰੀਦਣ ਦਾ ਪ੍ਰਚਲਨ ਆ ਪੰਜਾਬ ਦੀ ਧਰਤੀ ਦੇ ਉੱਤੇ, ਇਕੱਲਾ ਪੰਜਾਬ 'ਚ ਨਹੀਂ ਦੇਸ਼ ਦੇ ਵਿੱਚ ਪ੍ਰਚਲਨ। ਅਤੇ ਅੱਜ ਇਹ ਚਿੱਟਾ ਸ਼ਰੇਆਮ ਵਿਕ ਰਿਹਾ ਅਤੇ ਪੁਲਿਸ ਜਿਹੜੀ ਅਣਗਹਿਲੀ ਵਾਲੇ ਮੋੜ ਦੇ ਵਿੱਚ ਹੈਗੀ ਆ, ਪੁਲਿਸ ਨੂੰ ਪਤਾ ਹੀ ਨਹੀਂ ਗਾ ਵੀ ਚਿੱਟਾ ਕਿੱਥੇ ਵਿਕ ਰਿਹਾ। ਉਹ ਡਿਊਟੀ ਜਿਹੜੀ ਪੁਲਿਸ ਦੀ ਕਰਨ ਵਾਲੀ ਹੈ, ਇੱਕ MLA ਜਾ ਕੇ ਕਰ ਰਿਹਾ, ਮੈਨੂੰ ਕੀ ਲੋੜ ਆ, ਤੁਹਾਨੂੰ ਕੀ ਲੋੜ ਆ, ਜੇ ਪੁਲਿਸ ਮਸਤੈਦੀ ਦੇ ਨਾਲ ਆਪਣੀ ਡਿਊਟੀ ਕਰ ਲਵੇ। ਅਤੇ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, DGP ਸਾਹਿਬ ਨੂੰ ਮੈਂ 2-3 ਵਾਰੀ ਦਿਨਕਰ ਗੁਪਤਾ ਜੀ ਨੂੰ ਫੋਨ ਕਾਲ ਕਰ ਚੁੱਕਿਆ, ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ, ਉਹਨਾਂ ਨੇ ਫੋਨ ਕਾਲ ਅਟੈਂਡ ਨਹੀਂ ਕੀਤੀ। ਅਫਸੋਸ ਹੈ ਦੋਸਤੋ, ਮੇਰੇ ਕੋਲ ਆ ਫੜਾਇਓ ਜ਼ਰਾ, ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ ਪੰਜਾਬੀਆਂ ਨੇ 1 ਜੁਲਾਈ ਤੋਂ 7 ਜੁਲਾਈ ਤੱਕ ਆ ਫੜਿਓ, ਇੱਦਾਂ ਹੀ ਉਹਨਾਂ ਨੂੰ ਲਾਈਵ ਵੀ ਰੱਖਿਓ, ਮੋਬਾਈਲ ਪਰੇ ਕਰ ਲਓ ਆਪਣਾ। 1 ਜੁਲਾਈ ਤੋਂ 7 ਜੁਲਾਈ ਤੱਕ ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ, ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ। ਉਸ ਹੈਲਪਲਾਈਨ ਨੰਬਰ 'ਤੇ ਪੂਰੇ ਪੰਜਾਬ ਦੇ ਲੋਕਾਂ ਨੇ 667 ਚਿੱਟਾ ਵੇਚਣ ਵਾਲਿਆਂ ਦੀਆਂ ਸ਼ਿਕਾਇਤਾਂ ਕੀਤੀਆਂ, 667। ਆ ਮੇਰੇ ਕੋਲ ਇਕੱਲੀ ਇਕੱਲੀ ਸ਼ਿਕਾਇਤ ਜਿਹੜੀ ਮੈਨੂੰ ਪੰਜਾਬ ਦੇ ਆਵਾਮ ਨੇ ਭੇਜੀ, ਟੈਲੀਫੋਨ ਦੇ ਉੱਤੇ ਸ਼ਿਕਾਇਤ ਲਿਖਾਈ। ਮੈਂ ਇਹ ਆਪਣੇ ਪੈਡ ਦੇ ਉੱਤੇ ਸ਼ਿਕਾਇਤਾਂ ਹਰ ਮੰਗਲਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ 'ਚ, STF ਦੇ ਦਫ਼ਤਰ ਦੇ ਵਿੱਚ, ਇੱਕ ਕਾਪੀ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਉਹਦਾ ਉਤਾਰਾ SDF ਨੂੰ। ਅਤੇ ਹੁਣ ਮੈਂ ਜਦੋਂ ਉਹਨਾਂ ਨੂੰ ਚਿੱਠੀਆਂ ਪਾ ਕੇ ਟੈਲੀਫੋਨ ਦੇ ਉੱਤੇ ਮੁੱਖ ਮੰਤਰੀ ਦੇ ਦਫ਼ਤਰ SDF ਦੇ ਦਫ਼ਤਰ ਪੁੱਛਦਾ ਵੀ ਕੀ ਕਾਰਵਾਈ ਕੀਤੀ ਹੈ, 667 ਪੰਜਾਬ ਦੇ ਲੋਕਾਂ ਨੇ ਹੈਲਪਲਾਈਨ ਨੰਬਰ ਮੇਰੇ ਦਫ਼ਤਰ ਦੇ ਵਿੱਚ ਦਰਜ ਕਰਾਈਆਂ ਚਿੱਟਾ ਵੇਚਣ ਵਾਲੇ ਦੀਆਂ ਸ਼ਿਕਾਇਤਾਂ, ਕਾਰਵਾਈ ਕੀ ਹੋਈ ਹੈ, ਤੁਸੀਂ ਹੱਸੋਗੇ ਕਾਰਵਾਈ ਪੜ੍ਹ ਕੇ। ਆ ਮੇਰੇ ਕੋਲ 667 ਕੰਪਲੇਂਟਾਂ ਜਿਹੜੀਆਂ ਮੈਂ SDF ਨੂੰ ਪਾਈਆਂ, ਉਹਨਾਂ ਦਾ SDF ਵੱਲੋਂ ਲਿਖਤੀ ਤੌਰ 'ਤੇ ਮੈਨੂੰ ਜਵਾਬ ਆਇਆ, ਇਕੱਲੀ ਇਕੱਲੀ ਕੰਪਲੇਂਟ ਦਾ ਉਹਨਾਂ ਨੇ ਮੈਨੂੰ ਦੱਸਿਆ। ਅਫਸੋਸ ਕਿ 667 ਕੰਪਲੇਂਟਾਂ ਦੇ ਵਿੱਚੋਂ SDF ਦਾ ਇੱਕ ਵੀ ਕਿਸੇ ਨਸ਼ਾ ਤਸਕਰ ਦੇ ਵਿਰੁੱਧ ਕਾਰਵਾਈ ਨਾ ਕਰਨਾ। ਇਹ ਕਹਿ ਰਿਹਾ ਕਿ ਅਸੀਂ ਇਹਨਾਂ 'ਤੇ ਨਜ਼ਰਸਾਨੀ ਕਰ ਰਹੇ ਹਾਂ, ਇਹ ਕਹਿ ਰਿਹਾ ਵੀ ਇਹਦੇ ਰਿਸ਼ਤੇਦਾਰਾਂ ਨੇ ਵੀ ਜ਼ਿੰਮੇਵਾਰੀ ਲੈ ਲਈ, ਇਹਦੇ ਗਲੀ ਗੁਆਂਢ ਨੇ ਜ਼ਿੰਮੇਵਾਰੀ ਲੈ ਲਈ ਜੀ, ਉਹ ਸਾਨੂੰ ਕਹਿ ਗਏ ਵੀ ਇਹ ਹੁਣ ਨਹੀਂ ਵੇਚੂਗਾ। ਅਫਸੋਸ ਆ ਯਾਰ, ਉਹ ਪੰਜਾਬ ਦੇ ਲੋਕ ਬੇਵਕੂਫ ਹੈਗੇ ਜਿਨ੍ਹਾਂ ਨੇ 667 ਬੰਦਿਆਂ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਆਪਣੇ ਨਾਮ, ਆਪਣੇ ਪਤੇ, ਆਪਣੇ ਟੈਲੀਫੋਨ ਨੰਬਰ ਸਮੇਤ ਹੈਲਪਲਾਈਨ ਨੰਬਰ ਦੇ ਉੱਤੇ ਕਾਲ ਕੀਤੇ, ਸਾਨੂੰ ਆ ਕੰਪਲੇਂਟਾਂ ਲਿਖਾਈਆਂ ਅਤੇ ਮੈਂ ਮੁੱਖ ਮੰਤਰੀ ਅਤੇ SDF ਦੇ ਦਫ਼ਤਰ ਦੇ ਕੇ ਆਇਆ। ਅਫਸੋਸ ਆ ਕਿ ਆ 667, ਤੁਸੀਂ ਇਹਦੀ ਫੋਟੋ ਸਾਰਿਆਂ ਦੀ, 667 ਦੇ ਮੈਨੂੰ ਜਵਾਬ ਆ ਗਏ ਆ, 667 ਦੀਆਂ 667 ਕੰਪਲੇਂਟਾਂ ਨਿਲ, ਕਹਿੰਦੇ ਜੀ ਕੋਈ ਨਸ਼ਾ ਵੇਚਣ ਵਾਲਾ ਹੀ ਹੈ ਨਹੀਂ ਇਹਨਾਂ ਦੇ ਵਿੱਚੋਂ। ਮੈਂ ਇਸ ਚਿੱਟੇ ਦੇ ਵਿੱਚੋਂ ਦੇਖੋ ਕਿੰਨਾ ਥੋੜ੍ਹਾ ਜਿਹਾ ਚਿੱਟਾ ਹੈਗਾ, 300 ਰੁਪਈਏ ਦਾ ਇੱਕ ਪੈਕਟ ਦਿੱਤਾ ਇਹਨਾਂ ਨੇ, ਇਹ ਪਤਾ ਨਹੀਂ ਇੱਕ ਵਾਰੀ ਦਾ ਜਾਂ 2 ਵਾਰੀ ਦੀ ਡੋਜ਼ ਹੈਗੀ ਆ। ਇਹਦੇ 'ਚੋਂ ਮੈਂ ਕਮਿਸ਼ਨਰ ਪੁਲਿਸ ਨੂੰ ਦੇ ਕੇ ਜਾਣਾ ਵੀ ਇਹ ਚੈੱਕ ਕਰਾਉਣ ਲੈਬ ਦੇ ਵਿੱਚੋਂ ਵੀ ਇਹਦੇ ਵਿੱਚ ਕੀ ਹੈਗਾ, ਅੱਧਾ ਮੈਂ ਤੁਹਾਡੀ ਹਾਜ਼ਰੀ ਦੇ ਵਿੱਚ ਸੀਲ ਕਰਕੇ ਅੱਧਾ ਮੈਂ ਵੀ ਚੈੱਕ ਕਰਾਉਣਾ ਹੈ, ਤਾਂ ਜੋ ਇਹਨਾਂ ਦੀ ਰਿਪੋਰਟ ਅਤੇ ਜਿਹੜੀ ਮੈਂ ਪ੍ਰਾਈਵੇਟ ਤੌਰ 'ਤੇ ਰਿਪੋਰਟ ਕਰਾਉਣੀ ਆ, ਦੋਨਾਂ ਰਿਪੋਰਟਾਂ ਦੀ ਤੁਲਨਾ। ਇਹ ਤਾਂ ਲਾਈਵ ਮੈਂ ਇਸ ਕਰਕੇ ਇੱਥੇ ਤੱਕ ਆਇਆ ਤਾਂ ਕਿ ਕੱਲ੍ਹ ਨੂੰ ਕਹਿਣ ਨਾ ਵੀ ਬੈਂਸ ਨੇ ਕੋਲੋਂ ਹੀ ਮਿਲਾ ਲਿਆ ਕੁਛ, ਇਸੇ ਕਰਕੇ ਮੈਂ ਲਾਈਵ ਲੈ ਕੇ ਆਇਆ, ਲਾਈਵ CP ਨੂੰ ਦੇ ਕੇ ਜਾਣਾ, ਅੱਧਾ ਮੈਂ ਵਾਪਸ ਲੈ ਕੇ ਜਾਣਾ, ਅੱਧੇ ਦੀ ਰਿਪੋਰਟ ਇਹ ਕਰਾਉਣਗੇ, ਅੱਧੇ ਦੀ ਰਿਪੋਰਟ ਮੈਂ ਕਰਾਊਂਗਾ, ਤਾਂ ਜੋ ਦੋਨਾਂ ਰਿਪੋਰਟਾਂ ਦਾ ਹੀ ਤੁਲਨਾ ਅਤੇ ਮਿਲਾਨ ਕੀਤਾ ਜਾ ਸਕੇ। ਯਾਰ ਜੇ ਕਾਰਵਾਈ ਪੁਲਿਸ ਕਰਨ ਵਾਲੀ ਹੁੰਦੀ ਤਾਂ ਪੰਜਾਬ ਦੇ ਵਿੱਚ ਚਿੱਟਾ ਵਿਕਦਾ ਹੀ ਨਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਕਿ ਚੌਂਕੀ ਇੰਚਾਰਜ ਅਤੇ SHO ਨੂੰ ਪਤਾ ਨਹੀਂ ਕਿ ਉਹਦੇ ਏਰੀਏ ਦੇ ਵਿੱਚ ਚਿੱਟਾ ਕਿੱਥੇ ਵਿਕਦਾ।
ਕੋਈ ਬੰਦਾ ਮੈਨੂੰ ਇਹ ਗੱਲ ਦੱਸ ਦੇਵੇ, ਉਹਨੂੰ ਪਤਾ SHO ਨੂੰ ਪਤਾ, ਚੌਂਕੀ ਇੰਚਾਰਜ ਨੂੰ ਪਤਾ ਵੀ ਉਹਦੇ ਏਰੀਏ ਦੇ ਵਿੱਚ ਚਿੱਟਾ ਕਿੱਥੇ ਵਿਕਦਾ, ਤੇ ਜੇ ਉਹ ਆਪਣੀ ਡਿਊਟੀ ਤੇ ਆ ਜਾਣ ਤੇ ਸਕਿੰਟਾਂ ਦੇ ਵਿੱਚ ਚਿੱਟਾ ਵਿਕਣਾ ਬੰਦ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ 4 ਹਫ਼ਤਿਆਂ ਦੀ ਗੱਲ ਕਰਦੇ ਸੀ, ਇਸੇ 4 ਘੰਟਿਆਂ ਦੇ ਵਿੱਚ ਚਿੱਟਾ ਮੁਕਤ ਪੰਜਾਬ ਹੋ ਸਕਦਾ ਜੇ ਖਾਕੀ ਵਰਦੀ ਇਮਾਨਦਾਰੀ ਨਾਲ ਆਪਣੀ ਡਿਊਟੀ ਤੇ ਆ ਜਾਵੇ। ਪੁਲਿਸ ਕਮਿਸ਼ਨਰ ਕਸਟੋਡੀਅਨ ਸਾਡੇ ਜ਼ਿਲ੍ਹੇ ਦੀ ਪੁਲਿਸ ਦੇ ਕਸਟੋਡੀਅਨ, ਸਾਡੇ ਕਸਟੋਡੀਅਨ ਨੇ ਆਪਣੇ ਉਹ ਇੱਕ MLA ਜਾ ਰਿਹਾ ਤੇ ਪੁਲਿਸ ਦਾ ਖੁਫੀਆ ਤੰਤਰ ਕਿੱਥੇ, ਜਿਹਨੂੰ ਕਰੋੜਾਂ ਰੁਪਈਆ ਹਰ ਮਹੀਨੇ ਤਨਖਾਹਾਂ ਦੇ ਰੂਪ 'ਚ ਦਿੱਤਾ ਜਾ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਗਾ ਚਿੱਟਾ ਹਜੇ ਵੀ ਉੱਥੇ ਵਿਕ ਰਿਹਾ। ਮੈਂ ਕਿਹੜੇ ਚੌਂਕੀ ਇੰਚਾਰਜ, ਮੈਂ ਕਿਹੜੇ SHO, ਕਿਹੜੇ DSP, ਕਿਹੜੇ SP ਦਾ ਨਾਮ ਲਵਾਂ ਦਾ ਕਸਟੋਡੀਅਨ ਦੀ ਡਿਊਟੀ ਬਣਦੀ ਹੈ ਨਾ। ਭੜਕਾਓ 5-4 SHO ਤੇ ਚੌਂਕੀ ਇੰਚਾਰਜ ਜਿਨ੍ਹਾਂ ਦੇ ਏਰੀਏ ਦੇ ਵਿੱਚ, ਡਿਸਮਿਸ ਕਰੇ ਸਰਕਾਰ ਉਹਨਾਂ ਨੂੰ, ਸਖ਼ਤ ਸੰਦੇਸ਼ ਜਾਂਦਾ ਬਾਕੀ SHO ਦੇ ਚੌਂਕੀ ਇੰਚਾਰਜਾਂ ਨੂੰ ਵੀ ਨੌਕਰੀ ਤੋਂ ਹੱਥ ਧੋਣੇ ਪੈਣੇ ਆ। ਇਹ ਉਦਣ ਪੰਜਾਬ ਦੇ ਅੰਦਰੋਂ ਚਿੱਟਾ ਖਤਮ ਹੋਏਗਾ ਜਿੱਦਣ ਸਰਕਾਰ ਸਖ਼ਤੀ ਦੇ ਮੋੜ ਦੇ ਵਿੱਚ ਆ ਗਈ, ਜਿੱਦਣ ਸਰਕਾਰ ਨੇ ਚਿੱਟੇ ਦੇ ਅਸਲ ਮਗਰਮੱਛਾਂ ਦੇ ਗਿਰਬਾਨ ਦੇ ਵਿੱਚ ਹੱਥ ਪਾਇਆ। ਲੁਧਿਆਣਾ ਵਿਊ।